ਮੈਂ ਬਾਈ ਕੋਈ ਗਲਤੀ ਕਰ ਲਈ ਹੋਰਨ ਮਾਰ ਕੇ ਹਾਂਜੀ ਮੇਰਾ ਫਰਜ਼ ਬਣਦਾ ਮੈਂ ਟ੍ਰੈਫਿਕ ਤੋਂ ਤਾਂ ਹੀ ਲੰਘੂਗਾ ਕਹਿੰਦਾ ਮੈਂ ਹੁਣ ਗੱਬੇ ਖੜਦਾ ਤੂੰ ਹੁਣ ਹੁਣ ਮਾਰ ਦੇ ਮੈਂ ਫੇਰ ਗੱਡੀ ਖੜੀ ਕੀਤੀ ਮੈਂ ਹੋਰਨ ਮਾਰਿਆ ਕਹਿੰਦਾ ਮੈਂ ਨਹੀਂ ਪਾਸੇ ਹੁੰਦਾ ਸੀਸਾ ਕਿਵੇਂ ਤੋੜਿਆ ਸੀਸਾ ਕਿਵੇਂ ਤੋੜਿਆ ਤੇ ਮੈਂ ਕਿਹਾ ਫੇ ਮੈਂ ਕਿਸੇ ਪਾਸੇ ਵੀ ਜਾਣਾ ਮੈਂ ਜਦੋਂ ਮਾੜੀ ਤੋੜਨ ਲੱਗਿਆ ਨਾਲ ਹੀ ਉਹਨੇ ਸੀਸਾ ਤੋੜ ਦਿੱਤਾ ਮੁੱਕਾ ਮਾਰਿਆ ਮੈਨੂੰ ਨਹੀਂ ਪਤਾ ਖੜਾ ਮਾਰਿਆ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਵੀਰੇ ਉੱਥੋਂ ਆਪਣੇ ਜਾਣੀ ਕਿ ਡਰਾਈ ਕਲੀਨਰ ਦੀ ਸ਼ੋਪ ਤੋਂ ਆ ਰਿਹਾ ਸੀਗਾ ਤੁਸੀਂ ਲੋਕਲ ਤੁਸੀਂ ਹੋ ਨਹੀਂ ਭਾਅ ਜੀ ਮੈਂ ਪੀਣ ਤੋਂ ਡਰਾਈ ਕਲੀਨਰ ਦੀ ਸ਼ੋਪ ਤੋਂ ਮੁੱਕਾ ਹੀ ਮਾਰਿਆ ਸੀ ਜਾਂ ਹੋਰ ਕੋਈ ਚੀਜ਼ ਮਾਰੀ ਭਾਅ ਜੀ ਹੁਣ ਮੈਨੂੰ ਪਤਾ ਨਹੀਂ ਕੜਾ ਸੀ ਜਾਣ ਕੇ ਬੁੱਝ ਕੇ ਮਾਰਿਆ ਉਹਨੇ ਪਰ ਮਾਰਿਆ ਜਾਣ ਬੁੱਝ ਕੇ ਚੈਲੰਜ ਕਰਕੇ ਫਿਰ ਦੇਖ ਲਾਂ ਪੁਲਿਸ ਨੂੰ ਕਾਲ ਕਰਤੀ ਤੁਸੀਂ ਹੁਣ ਨਹੀਂ ਭਾਅ ਜੀ ਮੈਂ ਪੁਲਿਸ ਨੂੰ ਕਾਲ ਮੇਰੇ ਫਰੈਂਡ ਕਾਲ ਕਰ ਰਹੇ ਡਰਾਈ ਅਤੇ ਪਰ ਉਹ ਲੱਗ ਨਹੀਂ ਰਿਹਾ ਸੀ ਅਤੇ ਉਹ ਸਟਿਲ ਕਰ ਰਹੇ ਸੀ ਕਹਿੰਦੇ ਆ ਰਹੇ ਤੁਹਾਡੀ ਗਾੜੀ ਪੂਰਾ ਫੈਮਿਲੀ ਬੈਠੀ ਹੋਈ ਉਦੋਂ ਭਾਅ ਜੀ ਮੈਂ ਇਕੱਲਾ ਸੀਗਾ ਉਹ ਚਾਰ ਜਾਣੇ ਸੀਗੇ ਅਤੇ ਉਹ ਇਸ ਚੱਕਰ 'ਚ ਸੀਗਾ ਵੀ ਇਕੱਲਾ ਦਵਾ ਲਾਂਗੇ ਠੀਕ ਹੈ ਅਤੇ ਮੇਰੀ ਜਾਣ ਫੈਮਿਲੀ ਨਹੀਂ ਸੀ ਫੈਮਿਲੀ ਮੇਰੀ ਬਾਅਦ 'ਚ ਆਈ ਮੈਂ ਫੈਮਿਲੀ ਪਿੱਕ ਕਰਨ ਚੱਲੇ ਸੀ ਮੈਂ ਹੋਰਨ ਮਾਰਿਆ ਤਾਂ ਮੈਨੂੰ ਕਹਿੰਦਾ ਉੱਪਰ ਚਾੜ ਦੇ ਮੈਂ ਬਾਈ ਕੋਈ ਗਲਤੀ ਕਰ ਲਈ ਹੋਰਨ ਮਾਰ ਕੇ ਤੁਹਾਡਾ ਫਰਜ਼ ਬਣਦਾ ਹਾਂਜੀ ਮੇਰਾ ਫਰਜ਼ ਬਣਦਾ ਮੈਂ ਟ੍ਰੈਫਿਕ ਤੋਂ ਤਾਂ ਹੀ ਲੰਘੂਗਾ ਕਹਿੰਦਾ ਮੈਂ ਹੁਣ ਗੱਬੇ ਖੜਦਾ ਤੂੰ ਹੁਣ ਹੁਣ ਮਾਰ ਦੇ ਮੈਂ ਫੇਰ ਗੱਡੀ ਖੜੀ ਕੀਤੀ ਮੈਂ ਹੋਰਨ ਮਾਰਿਆ ਕਹਿੰਦਾ ਮੈਂ ਨਹੀਂ ਪਾਸੇ ਹੁੰਦਾ ਸੀਸਾ ਕਿਵੇਂ ਤੋੜਿਆ ਸੀਸਾ ਕਿਵੇਂ ਤੋੜਿਆ ਮੈਂ ਕਿਹਾ ਫੇ ਮੈਂ ਕਿਸੇ ਪਾਸੇ ਵੀ ਜਾਣਾ ਮੈਂ ਜਦੋਂ ਮਾੜੀ ਤੋੜਨ ਲੱਗਿਆ ਨਾਲ ਹੀ ਉਹਨੇ ਸੀਸਾ ਤੋੜ ਦਿੱਤਾ ਮੁੱਕਾ ਮਾਰਿਆ ਮੈਨੂੰ ਨਹੀਂ ਪਤਾ ਖੜਾ ਮਾਰਿਆ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਵੀਰੇ ਉੱਥੋਂ ਆਪਣੇ ਜਾਣੀ ਕਿ ਡਰਾਈ ਕਲੀਨਰ ਦੀ ਸ਼ੋਪ ਤੋਂ ਆ ਰਿਹਾ ਸੀਗਾ ਤੁਸੀਂ ਲੋਕਲ ਤੁਸੀਂ ਹੋ ਨਹੀਂ ਭਾਅ ਜੀ ਮੈਂ ਪੀਣ ਤੋਂ ਡਰਾਈ ਕਲੀਨਰ ਦੀ ਸ਼ੋਪ ਜਿਹਦੇ ਮੁੱਕਾ ਹੀ ਮਾਰਿਆ ਸੀ ਜਾਂ ਹੋਰ ਕੋਈ ਚੀਜ਼ ਮਾਰੀ ਭਾਅ ਜੀ ਹੁਣ ਮੈਨੂੰ ਪਤਾ ਨਹੀਂ ਕੜਾ ਸੀ ਜਾਣ ਕੇ ਬੁੱਝ ਕੇ ਮਾਰਿਆ ਉਹਨੇ ਪਰ ਮਾਰਿਆ ਜਾਣ ਬੁੱਝ ਕੇ ਚੈਲੰਜ ਕਰਕੇ ਫਿਰ ਦੇਖ ਲਾਂ ਪੁਲਿਸ ਨੂੰ ਕਾਲ ਕਰਤੀ ਤੁਸੀਂ ਹੁਣ ਨਹੀਂ ਭਾਅ ਜੀ ਮੈਂ ਪੁਲਿਸ ਨੂੰ ਕਾਲ ਮੇਰੇ ਫਰੈਂਡ ਕਾਲ ਕਰ ਰਹੇ ਡਰਾਈ ਅਤੇ ਪਰ ਉਹ ਲੱਗ ਨਹੀਂ ਰਿਹਾ ਸੀ ਕਿ ਉਹ
ਸਟੇਲ ਕਰ ਰਹੇ ਸੀ, ਕਹਿੰਦੇ ਆ ਰਹੇ ਤੁਹਾਡੀ ਗੱਡੀ ਪੂਰਾ ਫੈਮਲੀ ਬੈਠੀ ਹੋਈ। ਉਦੋਂ ਭਾਅ ਜੀ ਮੈਂ ਇਕੱਲਾ ਸੀਗਾ, ਉਹ ਚਾਰ ਜਾਣੇ ਸੀਗੇ ਅਤੇ ਉਹ ਇਸ ਚੱਕਰ 'ਚ ਸੀਗੇ ਵੀ ਇਕੱਲਾ ਦਬਾ ਲਾਂਗੇ ਠੀਕ ਹੈ ਨਾ, ਅਤੇ ਮੇਰੇ ਜਾਣ ਫੈਮਲੀ ਨਹੀਂ ਸੀ, ਫੈਮਲੀ ਮੇਰੀ ਬਾਅਦ 'ਚ ਆਈ, ਮੈਂ ਫੈਮਲੀ ਪਿੱਕ ਕਰਨ ਚੱਲੇ ਸੀ ਭਾਅ ਜੀ। ਜੇ ਉਹ ਕਹਿੰਦਾ ਹਾਂ ਭਰਾਵਾ ਮੈਂ ਨੰਗੜਾ, ਤੁਸੀਂ ਸਾਈਡ 'ਤੇ ਹੋ ਜਾਓ, ਨੋਰਮਲੀ ਗੱਲ ਕਰਦਾ।